ਮਦੀਨੇ ਦੇ ਹਵਾਲੇ ਦੇ ਨਾਲ ਅੱਜ ਮਹਿਮਾਨ ਮਦੀਨਾ ਨੇ ਦੋ ਮਦੀਨੇ ਜਾ ਕੇ ਹੁੰਦਾ ਕੀ ਹੈ ਦੱਸਣਾ ਚਾਹੁੰਦਾ। ਸਾਰੇ ਮਿਲ ਕੇ ਕਲਾਮ ਪੜ੍ਹਦੇ ਹਾਂ। ਹਾ ਮਦੀਨੇ ਜਾ ਕੇ ਸਵਾਲ ਮਦੀਨੇ ਜਾ ਕੇ ਸਵਾਲੀਆ 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 ਮਦੀਨੇ ਜਾ ਕੇ ਸਵਾਲ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਨੀ ਦੱਸਣਾ ਪੈਂਦਾ ਸਵਾਲ ਕੀਏ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਦੱਸਣਾ ਪੈਂਦਾ ਸਵਾਲ ਕੀਏ ਦਿਲਾਂ ਦੀ ਬੋਲੀ ਉਹ ਜਾਣਦੇ ਨੇ ਦਿਲਾਂ ਦੀ ਬੋਲੀ ਉਹ ਜਾਣਦੇ ਨੇ ਦਿਲਾਂ ਦੀ ਬੋਲੀ ਪਤਾਏ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਜਿਹਨੇ ਮਦੀਨੇ ਜਾਣਾ ਉਹਨੂੰ ਪਤਾ ਲੱਗਣਾ ਹੈ ਜਿਹੜਾ ਦਿਲ 'ਚ ਚਾਹ ਰੱਖਦਾ ਹੈ ਕਿ ਮਦੀਨੇ ਹੁੰਦਾ ਕੀ ਹੈ। ਅਮਰ ਬਾਈ ਤੇ ਉਹਨਾਂ ਦੇ ਦੋਸਤਾਂ ਨੇ ਤੇ ਉਹਨਾਂ ਦੇ ਵੀਰਾਂ ਨੇ ਮਹਿਮਾਨੇ ਮਦੀਨਾ ਦੋ ਕਿਉਂ ਕਿਉਂ ਬਣਾਏ ਨੇ ਸਿਰਫ ਇਹ ਦੱਸਣ ਵਾਸਤੇ ਕਿ ਜਦੋਂ ਉੱਥੇ ਜਾਓ ਤੇ ਪਤਾ ਲੱਗੇ ਕਿ ਮਦੀਨਾ ਹੈ ਕੀ ਸ਼ਹਿਰ ਹੈ। ਜਿਨ੍ਹਾਂ ਵੇਖਿਆ ਅੱਲਾਹ ਤਾਲਾ ਨੂੰ ਸਲਾਮਤ ਰੱਖੇ, ਜਿਨ੍ਹਾਂ ਨਹੀਂ ਵੇਖਿਆ ਬੁਲੰਦਾਬਾਦ ਨਾ ਪੜ੍ਹ ਲਓ। ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਮਦੀਨੇ ਜਾ ਕੇ ਸਵਾਲੀਆ ਨੂੰ ਦੱਸਣਾ ਪੈਂਦਾ ਸਵਾਲ ਦੱਸਦਾ ਜਮਾਲ ਕੀ ਮਦੀਨੇ ਜਾ ਕੇ ਸਵਾਲੀਆ 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 ਨਹੀਂ ਦੱਸਣਾ ਪੈਂਦਾ ਸਵਾਲ ਕੀ ਦਾ ਹੁਕਮ ਮਿਲ ਗਿਆ ਬਸ ਬਸ ਚੰਦ ਅਸ਼ਾਰ ਨਿਸਬਤ ਦੇ ਹਵਾਲੇ ਦੇ ਨਾਲ ਫਿਰ ਇਜਾਜ਼ਤ ਮੀਆਂ ਸਾਹਿਬ ਫਰਮਾਉਂਦੇ ਨੇ ਹਾ ਕਿ ਕੋਈ ਰੰਗ ਸਾਵਾ ਕੋਈ ਰੰਗ ਸਾਵਾ
ਕੋਈ ਰੰਗ ਪੀਲਾ ਸਾਰੇ ਜਿਨ ਮੁਰਸ਼ਦ ਵਾਲੇ ਨੇ ਬੁਲੰਦ ਆਵਾਜ਼ ਨਾਲ ਕਹੋ ਸੁਭਾਨ ਅੱਲਾਹ ਸੁਭਾਨ ਅੱਲਾਹ ਜਿਹੜੀਆਂ ਗੁੱਡੀਆਂ ਅੱਲਾਹ ਆਪ ਨੂੰ ਸਲਾਮਤ ਰੱਖੇ ਕਿ ਜਿਹੜੀਆਂ ਗੁੱਡੀਆਂ ਬਾਬਾ ਜਿਹੜੀਆਂ ਗੁੱਡੀਆਂ ਉਹ ਆਪੇ ਗੁੱਡੀਆਂ ਉਹ ਚੜ੍ਹ ਉਹ